ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ ਅੱਜ ਅਸੀਂ ਇੱਕ ਵਾਰੀ ਫਿਰ ਖੁਰਾਨਾ ਗਿਫਟ ਸੈਂਟਰ ਪਹੁੰਚੇ ਹਾਂ ਜੀ ਹਾਂ ਖੁਰਾਨਾ ਗਿਫਟ ਸੈਂਟਰ ਬ੍ਰਾਂਡ ਨੇਮ ਇਜ਼ ਕਿਡ ਟੂ ਕਿਡ ਤੇ ਜੋ ਇੱਥੋਂ ਦਾ ਐਡਰੈਸ ਹੈ ਤੁਹਾਨੂੰ ਪਤਾ ਹੀ ਹੋਏਗਾ ਲੇਕਿਨ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹ ਸ਼ਾਮ ਨਗਰ ਦੇ ਵਿੱਚ ਗਲੀ ਨੰਬਰ 1 ਅਤੇ ਪਬਲਿਕ ਧਰਮਕੰਡਾਂ ਦੇ ਕੋਲ ਹੈ ਜੀ ਹਾਂ ਇਹਨਾਂ ਦੇ ਕੋਲ ਬਹੁਤ ਸਾਰੀਆਂ ਨਵੀਂ ਨਵੀਂ ਵੈਰਾਈਟੀਜ਼ ਆਉਂਦੀਆਂ ਰਹਿੰਦੀਆਂ ਨੇ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾਇਆ ਸੀ ਵੀਡੀਓ ਦੇ ਵਿੱਚ ਤੇ ਇੱਕ ਵਾਰੀ ਫਿਰ ਅਸੀਂ ਇੱਥੇ ਪਹੁੰਚੇ ਹਾਂ ਤੁਹਾਨੂੰ ਦਿਖਾ ਦਿੰਦੇ ਹਾਂ ਅਸੀਂ ਬਹੁਤ ਹੀ ਪਿਆਰੇ ਪਿਆਰੇ ਸਵਿਮਿੰਗ ਪੂਲਸ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਸਾਈਜ਼ਸ ਦੇ ਵਿੱਚ ਮਿਲਦੇ ਨੇ ਅਤੇ ਬਹੁਤ ਹੀ ਪਿਆਰੇ ਨੇ ਇਹ ਅਲੱਗ ਅਲੱਗ ਤਰ੍ਹਾਂ ਦਾ ਸਾਈਜ਼ ਹੈ ਜਿਵੇਂ ਕਿ ਛੋਟੇ ਤੋਂ ਲੈ ਕੇ ਵੱਡੇ ਬੱਚੇ ਦੇ ਵਾਸਤੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਹਨ ਛੋਟੇ ਸਾਈਜ਼ ਤੋਂ ਲੈ ਕੇ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਛੋਟਾ ਸਾਈਜ਼ ਹੈ ਓਵਲ ਸ਼ੇਪ ਦੇ ਵਿੱਚ ਹੈ ਔਰ ਇਹਨਾਂ ਦੇ ਵਿੱਚ ਇਹਨਾਂ ਦੇ ਕੋਲ ਰਾਊਂਡ ਸ਼ੇਪ ਦੇ ਵਿੱਚ ਵੀ ਹੈ ਹੋਰ ਵੀ ਇਹਨਾਂ ਤੋਂ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਬੱਚਿਆਂ ਦੇ ਵਾਸਤੇ ਕਾਫੀ ਵੈਰਾਈਟੀਜ਼ ਨੇ ਬੱਚਿਆਂ ਦੇ ਬੜੇ ਕਿਊਟ ਕਿਊਟ ਹੈੱਡਫੋਨਸ ਪਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਦਾ ਲੰਚ ਸੈੱਟ ਹੈ ਡਿਨਰ ਸੈੱਟ ਹੈ ਬੱਚਿਆਂ ਦਾ ਔਰ ਬੋਟਲਸ ਵੀ ਨੇ ਕਾਫੀ ਕੁਝ ਬਹੁਤ ਜ਼ਿਆਦਾ ਵੈਰਾਈਟੀ ਹੈ ਇਹਨਾਂ ਦੇ ਕੋਲ ਵਾਓ ਇੱਥੇ ਬਹੁਤ ਜ਼ਿਆਦਾ ਹਿਊਜ ਕੁਆਲਿਟੀ ਦੇ ਵਿੱਚ ਹਿਊਜ ਕੁਆਂਟਿਟੀ ਦੇ ਵਿੱਚ ਇਹਨਾਂ ਦੇ ਕੋਲ ਕਾਫੀ ਸਮਾਨ ਹੈ ਬੱਚਿਆਂ ਦੇ ਲਈ ਟੋਇਜ਼ ਤੁਸੀਂ ਦੇਖ ਸਕਦੇ ਹੋ ਉੱਪਰ ਅਤੇ ਇਹਨਾਂ ਸੋਫਟ ਟੋਇਜ਼ ਦੀ ਕੁਆਲਿਟੀ ਵੀ ਬਹੁਤ ਅੱਛੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਫਟ ਨੇ ਇਸ ਤੋਂ ਇਲਾਵਾ ਨੀਚੇ ਓ ਮਾਈ ਗੋਡ ਬਹੁਤ ਹੀ ਹਿਊਜ ਕੁਆਂਟਿਟੀ ਦੇ ਵਿੱਚ ਇਹਨਾਂ ਦੇ ਕੋਲ ਟੋਇਜ਼ ਨੇ ਬੱਚਿਆਂ ਦੇ ਲਈ ਬਹੁਤ ਹੀ ਡਿਫਰੈਂਟ ਡਿਫਰੈਂਟ ਬਹੁਤ ਜ਼ਿਆਦਾ ਵੈਰਾਇਟੀ ਜੇ ਵੈਰਾਇਟੀ ਦੀ ਗੱਲ ਕਰੀਏ ਇਹਨਾਂ ਦੇ ਕੋਲ ਇਹ ਬੱਚਿਆਂ ਦੇ ਵਾਸਤੇ ਇਹਦੇ ਵਿੱਚ ਮਨੀ ਬੈਂਕ ਹੈ ਬੱਚਿਆਂ ਦਾ ਬੜਾ ਹੀ ਕਿਊਟ ਹੈ ਤੁਸੀਂ ਦੇਖ ਸਕਦੇ ਹੋ ਔਰ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਉੱਪਰ ਵੀ ਟੈਡੀ ਬੀਅਰਸ ਨੇ ਟੈਡੀ ਬੀਅਰਸ ਦੀ ਬਹੁਤ ਜ਼ਿਆਦਾ ਵੈਰਾਇਟੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਫਸਟ ਫਲੋਰ ਸੈਕਿੰਡ ਫਲੋਰ ਦੇ ਵਿੱਚ ਵੀ ਬਹੁਤ ਜ਼ਿਆਦਾ ਟੋਇਜ਼ ਦੀ ਵੈਰਾਇਟੀ ਹੈ ਅਤੇ ਆਓ ਆਪਾਂ ਚੱਲਦੇ ਹਾਂ ਇਹ ਅਸੀਂ ਹੁਣ ਪਹੁੰਚ ਚੁੱਕੇ ਹਾਂ ਫਸਟ ਫਲੋਰ 'ਤੇ ਤੁਸੀਂ ਇੱਥੋਂ ਦੀ ਆਪਾਂ ਸਟਾਰਟ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕੁਆਂਟਿਟੀ ਦੇ ਵਿੱਚ ਔਰ ਬਹੁਤ ਹੀ ਵੈਰਾਇਟੀਜ਼ ਦੇ ਵਿੱਚ ਇੱਥੇ ਟੋਇਜ਼ ਨੇ ਡੋਲਸ ਨੇ ਇਹ ਸਾਰਾ ਤੁਹਾਨੂੰ ਮਿਲੇਗਾ ਸਿਰਫ ਖੁਰਾਨਾ ਗਿਫਟ ਸੈਂਟਰ ਜੋ ਕਿ ਤੁਹਾਨੂੰ ਮੈਂ ਐਡਰੈਸ ਵੀ ਦੱਸ ਚੁੱਕੀ ਹਾਂ ਸ਼ਾਮ ਨਗਰ ਗਲੀ ਨੰਬਰ 1 ਪਬਲਿਕ ਧਰਮਕੰਡਾਂ ਦੇ ਕੋਲ ਦ ਬ੍ਰੈਂਡ ਨੇਮ ਇਜ਼ ਕਿਡ ਟੂ ਕਿਡ ਜੀ ਹਾਂ ਤੁਸੀਂ ਬ੍ਰੈਂਡ ਨੇਮ ਨੂੰ ਜ਼ਰੂਰ ਯਾਦ ਰੱਖਿਓ ਅਗਰ ਤੁਸੀਂ ਕੁਛ ਵੀ ਪਰਚੇਸ ਕਰਨਾ ਚਾਹੁੰਦੇ ਹੋ ਆਪਣੇ ਬੱਚਿਆਂ ਦੇ ਲਈ ਬੱਚਿਆਂ ਨੂੰ ਬਿਜ਼ੀ ਰੱਖਣਾ ਚਾਹੁੰਦੇ ਹੋ ਡੀਲਕਸ ਟੂਲ ਕਿੱਟ ਹੈ ਇਹ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕੁਆਂਟਿਟੀਜ਼ ਦੇ ਵਿੱਚ ਔਰ ਬਹੁਤ ਹੀ ਵੈਰਾਈਟੀਜ਼ ਦੇ ਵਿੱਚ ਇਹਨਾਂ ਦੇ ਕੋਲ ਟੋਇਜ਼ ਨੇ ਕਾਰਸ ਨੇ ਬੱਚਿਆਂ ਦੀਆਂ ਰੋਬੋਟਸ ਨੇ ਐਜੂਕੇਸ਼ਨਲ ਟੋਇਜ਼ ਵੀ ਨੇ ਤੁਸੀਂ ਦੇਖ ਸਕਦੇ ਹੋ ਐਲਫਾਬੈਟੀਕਲ ਇੱਧਰ ਕਾਰਸ ਵਾਲਾ ਸੈਕਸ਼ਨ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਡਿਫਰੈਂਟ ਡਿਫਰੈਂਟ ਟਾਈਪਸ ਦੀਆਂ ਔਰ ਡਿਫਰੈਂਟ ਡਿਫਰੈਂਟ ਸਾਈਜ਼ ਦੀਆਂ ਕਾਰਸ ਇਹਨਾਂ ਦੇ ਕੋਲ ਕਲਰਫੁੱਲ ਕਾਰਸ ਨੇ ਰੋਬੋਟ ਕਾਰਸ ਨੇ ਟਰੱਕਸ ਨੇ ਬਹੁਤ ਹੀ ਜ਼ਿਆਦਾ ਇਹਨਾਂ ਦੇ ਕੋਲ ਵਹੀਕਲਸ ਦੇ ਵਿੱਚ ਵੀ ਵੈਰਾਈਟੀ ਹੈ ਬੱਚਿਆਂ ਦੇ ਲਈ ਜੋ ਬੱਚਿਆਂ ਨੂੰ ਪਸੰਦ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕਲਰਫੁੱਲ ਕਾਰ ਹੈ ਕਿੰਨੀ ਅੱਛੀ ਲੱਗ ਰਹੀ ਹੈ ਬਹੁਤ ਸੁੰਦਰ ਲੱਗ ਰਹੀ ਹੈ ਕਾਰ ਇਹ ਬੱਚਿਆਂ ਨੂੰ ਬਹੁਤ ਪਸੰਦ ਆਉਣ ਵਾਲੀ ਹੈ ਬਾਲਸ ਨੇ ਬਾਸਕਿਟ ਬਾਲਸ ਇਹਦੇ ਡੋਲ ਦਾ ਸੈੱਟ ਹੈ ਤੁਸੀਂ ਦੇਖ ਸਕਦੇ ਹੋ ਡੋਲ ਦਾ ਸੈੱਟ ਹੈ ਡਾਕਟਰ ਸੈੱਟ ਹੈ ਬੱਚਿਆਂ ਦੇ ਕਾਫੀ ਬਹੁਤ ਹੀ ਡਿਫਰੈਂਟ ਡਿਫਰੈਂਟ ਟਾਈਪਸ ਦੇ ਟੋਇਜ਼ ਨੇ ਇਹਨਾਂ ਦੇ ਕੋਲ ਟੋਇ ਸੈੱਟਸ ਨੇ ਤੁਸੀਂ ਦੇਖ ਸਕਦੇ ਹੋ ਉੱਪਰ ਕਿਚਨ ਸੈੱਟ ਹੈ ਮਿਰਰ ਸੈੱਟ ਹੈ ਆਓ ਤੁਹਾਨੂੰ ਅਸੀਂ ਇਸ ਤੋਂ ਉੱਪਰ ਲੈ ਕੇ ਜਾਂਦੇ ਹਾਂ ਇਹਨਾਂ ਦੇ ਕੋਲ ਸੈਕਿੰਡ ਫਲੋਰ ਦੇ ਵਿੱਚ ਵੀ ਕਾਫੀ ਕੁਛ ਹੈ ਬੱਚਿਆਂ ਦੇ ਲਈ ਇਹ ਅਸੀਂ ਉਹਨਾਂ ਦੇ ਸੈਕਿੰਡ ਫਲੋਰ ਪਹੁੰਚ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਵਾਓ ਇਹਨਾਂ ਦੇ ਕੋਲ ਸਾਈਕਲਸ ਵਹੀਕਲਸ ਬੱਚਿਆਂ ਦੇ ਕਾਫੀ ਕਾਫੀ ਸੁੰਦਰ ਸੁੰਦਰ ਸਾਈਕਲਸ ਹੈ ਦੇਖੋ ਬੱਚਿਆਂ ਦੀ ਇਹ ਛੋਟੇ ਬੱਚਿਆਂ ਦੇ ਵਾਸਤੇ ਹੈ 1 ਤੋਂ 1.5 ਸਾਲ ਦੇ ਬੱਚੇ ਬਹੁਤ ਪਸੰਦ ਕਰਦੇ ਨੇ ਇਹਨੂੰ ਇਸ ਤੋਂ ਬਾਅਦ ਇਹ ਵੀ ਛੋਟੇ ਬੱਚਿਆਂ ਦੇ ਵਾਸਤੇ ਹੁੰਦਾ ਇਹ ਬੱਚੇ ਕਾਫੀ ਅੱਛਾ ਇਸ ਨੂੰ ਰਾਈਡ ਕਰਦੇ ਨੇ ਇਸ 'ਤੇ ਔਰ ਕਾਫੀ ਪਸੰਦ ਕਰਦੇ ਨੇ ਸਾਈਕਲਸ ਨੇ ਇਹਨਾਂ ਦੇ ਕੋਲ ਡਿਫਰੈਂਟ ਡਿਫਰੈਂਟ ਕਲਰਸ ਦੀਆਂ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਦੀਆਂ ਬਹੁਤ ਹੀ ਸੁੰਦਰ ਹੈ ਯੂ ਕੈਨ ਸੀ ਇੱਧਰ ਬਾਈਕਸ ਵੀ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਇੱਧਰ ਵੀ ਛੋਟੇ ਬੱਚਿਆਂ ਦੇ 2.5 ਤੋਂ 3 ਸਾਲ ਦੇ ਬੱਚਿਆਂ ਦੇ ਵਾਸਤੇ ਰਾਈਡਸ ਨੇ ਇੱਧਰ ਔਰ ਇੱਧਰ ਤੁਸੀਂ ਸਲਾਈਡਿੰਗਸ ਵੀ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਦੇ ਵਿੱਚ ਅਗਰ ਬੱਚਿਆਂ ਨੂੰ ਜਿਵੇਂ ਕਿ ਆਪਾਂ ਬਾਹਰ ਨਹੀਂ ਲੈ ਕੇ ਜਾ ਸਕਦੇ ਪਾਰਕ ਵਗੈਰਾ ਦੇ ਵਿੱਚ ਅਤੇ ਘਰ ਦੇ ਵਿੱਚ ਥੋੜ੍ਹਾ ਟਾਈਮ ਬੱਚਿਆਂ ਨੂੰ ਫਨ ਟਾਈਮ ਚਾਹੀਦਾ ਹੁੰਦਾ ਅਤੇ ਉਹਦੇ ਵਾਸਤੇ ਸਲਾਈਡਸ ਵੀ ਬਣੀਆਂ ਹੋਈਆਂ ਨੇ ਔਰ ਇੱਧਰ ਸਵਿੰਗ ਵੀ ਹੈ ਬਹੁਤ ਹੀ ਸੁੰਦਰ ਹੈ ਛੋਟੇ ਛੋਟੇ ਬੱਚਿਆਂ ਦੇ ਲਈ ਇਹਨਾਂ ਨੂੰ ਬਿਜ਼ੀ ਰੱਖਣ ਦੇ ਵਾਸਤੇ ਔਰ ਕਾਫੀ ਇੰਜੋਏ ਵੀ ਕਰਦੇ ਨੇ ਬੱਚੇ
और ये वाला सैक्शन सारा साइकिल्स आए राइड्स आए बच्चों के लिए बहुत ही क्यूट लग रहा है। देखो तुम छोटे छोटे बच्चों का टैडी बियर बनया होया है, ये एलीफेंट बनया होया है छोटा, और डक बनी हुई है, बहुत ही बच्चों को पसंद आते हैं इस तरह की चीज़ा। ये छोटे बच्चे की पॉट सीट्स ने जिवें बच्चे आप पॉटी ट्रेनिंग करते हैं। काफ़ी सुंदर है, बच्चे बहुत लाइक करते हैं अजकल दे, बहुत ही सुंदर है हर चीज़ इतने बहुत ही अच्छी है। आओ असी मिलते हैं खुराना गिफ्ट सेंटर, द ब्रांड नेम इज़ किड टू किड दे MD मिस्टर कंवरदीप सिंह खुराना जी के नाल। सत श्री अकाल सर, थोड़ा बहुत बहुत स्वागत। सत श्री अकाल तुहानू भी, ते स्पैशली मेरे जो व्यूअर्स ने मैनू देख रहे हैं, तो मैं उन्होंने बहुत थैंकफुल करना चाहता जो वन ऑफ द बेस्ट ने जो प्रमोटर साढ़े रहे हैं सिटी न्यूज़ चैनल से, तो आई एम सो ग्लैडफुल भी उन्होंने भी पूरा लुधियाने वाले आना मैंने इंट्रोडक्शन कराई, क्योंकि लास्ट कई सालों तो मैं अपना कंपनी लैवल काम कर रहा जो स्पैशली होलसेल का कर रहे हैं, रीसेल्स मेरे जुड़ चुके हैं। स्पैशली मैं जो कहना चाहूँगा जो कंज्यूमर लैवल की टैसटिंग कह सकते हैं भी, मैं कभी डिटेल नहीं इसमें कह सकता भी कंज्यूमर जो मांग रहे हैं डिमांडिंग आइटम है डेली रूटीन की आइटम है, मैं वो बहुत कुछ लेके आ चुका जिम्मे को स्पैशल रखड़ी को मेन सारा फेस्टिवल आता है जिम्मे दिवाली है लोहड़ी है मेरा पहला त्यौहार रखड़ी है, तो मैं भी पूरे लुधियाने अपील करना चाहता भी जो मैडम ने साढ़े दिखाई हैं प्रोडक्ट्स दिखाई हैं डिफाइंस की वरायटी दिखाई हैं, तो इस चीज़ का तुम लुफ्त कह सकते हैं, इस चीज़ का तुम मैक्सिमम बेनीफिट उठा सकते हो। तो रिगार्डिंग अगर तुम्हें कुछ देखनी है वरायटी देखनी है तो मैं स्पेशली मेरा नंबर नोट करो 9876838786 इस नंबर पर मैं मिस कॉल कर सकते हो, इस नंबर पर मैं व्हाट्सएप पा सकते हो। स्पेशली मैं मेरे को आने लिए लोकेशन लिखोगे तो 800 ऑटो सेंटर लगा है, रेगुलेशन भी आएगी कुछ अवार्ड माई कंपनी लाइक यूनिकॉर्न जो लवर्स ने जो टॉयलेट कुछ चाहिए जो मर्जी कीवर्ड्स पाओ उन रिप्लाई आएगा, लाइक कार जीप तो लेके बाइक्स तो लेकर टॉयज, स्पैशली मैं एक ब्रांड प्ले करो डिस्ट्रीब्यूटर पूरे पंजाब का जैसे स्कूल फर्नीचर जो आप कह सकते हैं, हरेक रेंज हरेक टॉय तो लेकर कहते सुई तो लेकर जहाज तक की मैं वरायटी लेके आ रहा प्लस बेस्ट रेट की गरंटी मैं चक रहा हैं। रीजन बिहाइंड द बेस्ट रेट मेरे को कस्टमर रॉयल भी ने, मैं रॉयल की गल करा मेरे को अटैचिज तो लेकर गेम्स तो लेकर हरेक चीज़ अवेलेबल है, तो मैं कहना एक बार विजिट करो। स्पैशली बंदा कहता रॉयल क्योंकि यार रॉयल बाद नॉमिनल लाइन से चलते हैं 70% मेरे को कस्टमर ऐसा आ चुका है जो नॉमिनल रेंज लेंदा जिम्मे लाइक वॉकर है टॉयज है बैलून पार्टी चल रही है बैलून थीम चल रहे हैं हरेक चीज अवेलेबल अवेलेबल है, तो मैं भी चाहना पूरे लुधियाने वाले भी एक बार साढ़े स्टोर आओ और विजिट करके जाओ और तुम खुद देखोगे भी इन्नी वरायटी इन्ना डिस्प्ले इन्ना सिस्टम भी इन्ना कुछ इतने सिर्फ बेस्ट एरिया जो शाम नगर, तो मैं रिकमेंड करूँगा मेरा एरिया शाम नगर गली नंबर 1-12 पब्लिक धर्मगंडा है, एक बार जरूर आओ और आके खुद तुम चेक कर सकते हो भी इतने वरायटी भी है क्वालिटी भी है सिस्टम मेनटेन है। द मेन थिंग ऑफ टाइमिंग इज 10 तो असं लेके चलते हैं 6 इज लास्ट, क्योंकि 6 बजे तो अभी होलसेल कर रहे हैं और कंज्यूमर आगे कह रहे हैं भी भाई साहब हमको अटेंड करना बनता नहीं है। आई एम सो फुलफिल अगर तुम मेरे को स्टाफ ना मगर कोऑर्डिनेट करना चाहते हो 10 to 6 इज द बेस्ट टाइम उनके बिटवीन आओ तो मैं तुम्हारा बिल्कुल अटेंड करूँगा। 30 डेज साढ़े वर्किंग्स होंगे ने तुम सू फेसबुक पर जाकर पेज इन चेक कर सकते हो, मेरा कंपनी का फेसबुक का पेज किट टू किट के नाम तो है और स्पेशली इंस्टाग्राम का मेरा पेज बन चुका है किट टू किट बाय खुराना गिफ्ट सेंटर लिखा आएगा, तो प्लीज़ विजिट अवर स्टोर और सानू वध तों वध लाइक्स दिओ सपोर्ट करो क्योंकि अज तुहाडी लोड हैगी है। मैं चाहना पूरे लुधियाने वाले पूरे पंजाब वाले जिहड़ा मैं जिथे तक मेरी आवाज़ जा रही जां कोई सुन रहा है एक बार साढ़े स्टोर आके एक बार जरूर जज करो भी असी की कर रहे हैं और तुसीं किस लैवल ते आके साडे कोल वरायटी लैके जा सकते हो। फ्रॉम ब्रांड किट टू किट थैंक यू जी। थैंक यू सो मच सर।